ਆਲ ਰਾਈਟ ਸੋ ਅੱਜ ਇਸ ਵੀਡੀਓ 'ਚ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਅਬਾਊਟ ਇਨ ਡਿਮਾਂਡ ਜੋਬਸ ਇਨ ਅਲਬਰਟਾ। ਹੁਣ ਅਗਰ ਤੁਸੀਂ ਅਲਬਰਟਾ ਮੂਵ ਹੋਣ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਇੰਡੀਆ ਤੋਂ ਸਿੱਧੇ ਇੱਥੇ ਸਟੱਡੀ ਲੈ ਕੇ ਆਉਣ ਦਾ ਪਲਾਨ ਕਰ ਰਹੇ ਹੋ ਦੈਨ ਦਿਸ ਵੀਡੀਓ ਇਜ਼ ਗੋਇੰਗ ਟੂ ਬੀ ਹੈਲਪਫੁਲ ਫੋਰ ਯੂ ਕਿਉਂਕਿ ਇਨ ਡਿਮਾਂਡ ਜੋਬਸ ਨਾ ਹੀ ਤੁਹਾਨੂੰ ਇੱਕ ਮੌਕਾ ਦਿੰਦੀ ਹੈ ਕਰੀਅਰ ਓਪਰਚੁਨਿਟੀਜ਼ ਐਕਸਪਲੋਰ ਕਰਨ ਦਾ ਬੜਾ ਐਟ ਦ ਸੇਮ ਟਾਈਮ ਤੁਹਾਨੂੰ ਪਤਾ ਚੱਲ ਤੁਹਾਡੇ ਕੋਲ ਪੀ ਆਰ ਲਈ ਕਿਹੜੇ ਕਿਹੜੇ ਆਪਸ਼ਨਸ ਹੋਣ ਅੱਗੇ ਆ ਅੱਗੇ ਜਾ ਕੇ ਕਿਉਂਕਿ ਜਿਹੜੀ ਜੋਬ ਜਿੰਨੀ ਜ਼ਿਆਦਾ ਡਿਮਾਂਡ ਦੇ ਵਿੱਚ ਹੋਏਗੀ ਅਲਬਰਟਾ ਗਵਰਨਮੈਂਟ ਉਹਨੂੰ ਉਨੇ ਜ਼ਿਆਦਾ ਪੁਸ਼ ਕਰੇਗੀ ਪੀ ਆਰ ਓਪਰਚੁਨਿਟੀਜ਼ ਨੂੰ ਲੈ ਕੇ ਤਾਂ ਕਿ ਉਹਨਾਂ ਦੀ ਜਿਹੜੀ ਲੇਬਰ ਮਾਰਕੀਟ ਨੀਡਸ ਆ ਉਹ ਫੁਲਫਿਲ ਹੋ ਜਾਣ। ਐਂਡ ਲੈਟ ਮੀ ਟੈਲ ਯੂ ਆਫਟਰ ਸਪੈਂਡਿੰਗ ਓਵਰ 4 ਇਅਰਸ ਇਨ ਟੋਰਾਂਟੋ ਓਨਟਾਰੀਓ ਜੋਬ ਮਾਰਕੀਟ ਇੱਥੇ ਜੋਬ ਮਾਰਕੀਟ ਨਾਲੋਂ ਕਾਫੀ ਡਿਫਰੈਂਟ ਆ। ਇੱਥੇ ਜਿਹੜੀ ਇੰਡਸਟਰੀਜ਼ ਆ ਜਾਂ ਫਿਰ ਜਿਹੜੀਆਂ ਨੰਬਰ ਆਫ ਜੋਬਸ ਆ ਜਾਂ ਫਿਰ ਕਰੀਅਰ ਆਪਸ਼ਨਸ ਆ ਉਹ ਕਾਫੀ ਜ਼ਿਆਦਾ ਡਿਫਰੈਂਟ ਐਸ ਕੰਪੇਅਰ ਟੂ ਐਨੀ ਅਦਰ ਪ੍ਰੋਵਿੰਸ। ਐਂਡ ਅੱਜ ਇਸ ਵੀਡੀਓ 'ਚ ਆਪਾਂ ਉਹੀ ਸਾਰੀ ਚੀਜ਼ਾਂ ਬਾਰੇ ਗੱਲ ਕਰਾਂਗੇ ਤਾਂ ਕਿ ਤੁਹਾਨੂੰ ਪਹਿਲਾਂ ਹੀ ਆਈਡੀਆ ਮਿਲ ਜਾਵੇ ਤੁਹਾਨੂੰ ਕਿਹੜਾ ਪ੍ਰੋਗਰਾਮ ਲੈਣਾ ਚਾਹੀਦਾ ਜਾਂ ਫਿਰ ਤੁਹਾਨੂੰ ਕਿਹੜੇ ਕਰੀਅਰ ਦੇ ਬਾਰੇ ਐਕਸਪਲੋਰ ਕਰਨਾ ਚਾਹੀਦਾ, ਕਿਹੜਾ ਕਿਹੜਾ ਕਰੀਅਰ ਤੁਹਾਡੇ ਲਈ ਵਧੀਆ ਰਹਿ ਸਕਦਾ। ਸੋ ਵਿਦਆਊਟ ਵੇਸਟਿੰਗ ਮਚ ਟਾਈਮ ਲੈਟਸ ਸਟਾਰਟ ਦ ਵੀਡੀਓ। ਸੋ ਅਸੀਂ ਇਸ ਵੇਲੇ ਆ ਚੁੱਕੇ ਹਾਂ ਜੀ ਅਲਬਰਟਾ ਗਵਰਮੈਂਟ ਵੈਬਸਾਈਟ 'ਤੇ ਜਿੱਥੇ ਕਿ ਸਾਨੂੰ ਇੱਕ ਵਧੀਆ ਮੌਕਾ ਮਿਲ ਜਾਂਦਾ ਅਲਬਰਟਾ ਦੀ ਜੋਬ ਮਾਰਕੀਟ ਦੇ ਸਟੈਟਸ ਉੱਤੇ ਨਜ਼ਰ ਮਾਰਨ ਦਾ ਕਿ ਕਿਹੜੀ ਕਿਹੜੀ ਜੋਬ ਜਾਂ ਫਿਰ ਇੰਡਸਟਰੀ ਇਸ ਟਾਈਮ ਚੱਲ ਰਹੀ ਆ ਹਾਈ ਡਿਮਾਂਡ ਦੇ ਵਿੱਚ। ਐਂਡ ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਮੈਂ ਜਾ ਕੇ ਕਰੋਸ ਚੈੱਕ ਕਰੂੰਗਾ ਜੋਬ ਪੋਰਟਲ ਸਾਈਟਸ 'ਤੇ ਕਿ ਕਿਹੜੀ ਕਿਹੜੀ ਇੰਡਸਟਰੀ ਇਨ ਡਿਮਾਂਡ ਹੈ ਵਰਸਿਜ਼ ਉਹਦੇ ਵਿੱਚ ਕਿੰਨੀ ਕਿੰਨੀ ਹਾਇਰਿੰਗ ਚੱਲ ਰਹੀ ਆ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਫਿਲਟਰ ਲਗਾ ਲੈਣਾ ਸੋਰਟ ਬਾਏ ਹਾਈ ਡਿਮਾਂਡ, ਯਾਨੀ ਆਪਾਂ ਹਾਈ ਟੂ ਬੋਟਮ ਚੱਲਾਂਗੇ। ਅਤੇ ਇੱਥੇ ਪਹਿਲੇ ਆਉਂਦੇ ਰਿਟੇਲ ਇੰਡਸਟਰੀ। ਹੁਣ ਰਿਟੇਲ ਇੰਡਸਟਰੀ ਵਿੱਚ ਕਹਿੰਦੇ ਆ ਵੀ ਰਿਟੇਲ ਸਟੋਰ ਮੈਨੇਜਰ ਦੀਆਂ ਜਿਹੜੀਆਂ ਪੋਜੀਸ਼ਨਸ ਆ ਉਹ ਕਾਫੀ ਜ਼ਿਆਦਾ ਹਾਈ ਡਿਮਾਂਡ ਚੱਲਦੀਆਂ। ਹੁਣ ਰਿਟੇਲ ਇੰਡਸਟਰੀ ਕਿਹੜੀ ਹੁੰਦੀ ਹੈ? ਜਿਵੇਂ ਆਪਣੇ ਕਨਵੀਨੀਅੰਸ ਸਟੋਰ ਜਾਂ ਫਿਰ ਗਰੋਸਰੀ ਸਟੋਰ, ਫੋਰ ਐਗਜ਼ਾਮਪਲ ਸ਼ੋਪਰਸ ਡਰੱਗ ਮਾਰਟ, ਵਾਲਮਾਰਟ, ਠੀਕ ਆ, ਮੈਟਰੋ, ਨੋਫਰਲਸ, ਇਹ ਸਾਰੇ ਸਾਰੇ ਰਿਟੇਲ ਸਟੋਰਸ ਮੰਨੇ ਜਾਂਦੇ ਆ। ਐਂਡ ਇਹਦੇ ਵਿੱਚ ਕਹਿੰਦੇ ਵੀ ਇਸ ਟਾਈਮ ਲੋਕ ਇੰਪਲੋਇਡ ਹੈਗੇ ਆ 39,100, ਠੀਕ ਹੈ। ਅਤੇ ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਜੋਬਸ ਦੇਖਣ ਨੂੰ ਮਿਲ ਜਾਂਦੀਆਂ, ਉਹਦੇ ਵਿੱਚ ਗਰੋਥ ਵੀ ਕਾਫੀ। ਐਂਡ ਇਹ ਡਿਮਾਂਡ ਦੇ ਵਿੱਚ ਵੀ ਚੱਲ ਰਿਹਾ, ਵਿਚ ਮੀਨਸ ਇਟ ਸ਼ੁੱਡ ਬੀ ਹਾਇਰਿੰਗ ਐਟ ਦਿਸ ਮੂਮੈਂਟ। ਅਤੇ ਉਸ ਤੋਂ ਬਾਅਦ ਆਉਂਦੀ ਹੈ ਅਗੇਨ ਰਿਟੇਲ ਇੰਡਸਟਰੀ। ਅਤੇ ਰਿਟੇਲ ਦੇ ਵਿੱਚ ਕਹਿੰਦੇ ਸੇਲਸ ਸੁਪਰਵਾਈਜ਼ਰ, ਜਿਹਦੇ ਵਿੱਚ ਕਿ ਇੰਪਲੋਇਡ ਹੈਗੇ 30,900 ਲੋਕ। ਸੋ ਇਹਦਾ ਮਤਲਬ ਇਹ ਆ ਵੀ ਰਿਟੇਲ ਇੱਥੇ ਕਾਫੀ ਤਕੜੀ ਚੱਲ ਰਹੀ ਇੰਡਸਟਰੀ ਅਲਬਰਟਾ ਦੇ ਵਿੱਚ। ਅਤੇ ਉਸ ਤੋਂ ਬਾਅਦ ਆਉਂਦੀਆਂ ਜੀ ਇੱਥੇ ਤੀਸਰੇ ਨੰਬਰ 'ਤੇ ਆਈ ਟੀ। ਹੁਣ ਆਈ ਟੀ ਦੇ ਵਿੱਚ ਉਹ ਕਹਿੰਦੇ ਆ ਵੀ ਪ੍ਰੋਫੈਸ਼ਨਸ ਲਾਈਕ ਇਨਫੋਰਮੇਸ਼ਨ ਸਿਸਟਮ ਕੰਸਲਟੈਂਟ, ਠੀਕ ਹੈ ਜੀ, ਇਨਫੋਰਮੇਸ਼ਨ ਸਿਸਟਮ, ਕੁਆਲਿਟੀ ਅਸ਼ੋਰੈਂਸ ਐਨਾਲਿਸਟ, ਸਿਸਟਮ ਆਡੀਟਰ, ਸਿਸਟਮ ਸਿਕਿਉਰਿਟੀ ਐਨਾਲਿਸਟ, ਇਹ ਸਾਰੇ ਦੇ ਸਾਰੇ ਉਹਨਾਂ ਨੇ ਜੋਬ ਟਾਈਟਲਸ ਦਿੱਤੇ ਕਿ ਕਿਹੜੀ ਕਿਹੜੀ ਜੋਬਸ ਇੱਥੇ ਹਾਈ ਡਿਮਾਂਡ 'ਚ ਚੱਲ ਰਹੀਆਂ ਨੇ ਆਈ ਟੀ ਦੇ ਵਿੱਚ। ਐਂਡ ਉਹਦੇ 'ਚ ਇੰਪਲੋਇਮੈਂਟ ਰੇਟ ਚੱਲ ਰਿਹਾ 18,700 ਲੋਕ ਕਰੰਟਲੀ ਇੰਪਲੋਇਡ ਆ ਇਹਨਾਂ ਪ੍ਰੋਫੈਸ਼ਨਸ ਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲ ਆਉਂਦੀ ਆ ਆਟੋਮੋਟਿਵ ਇੰਡਸਟਰੀ। ਆਟੋਮੋਟਿਵ 'ਚ ਕਹਿੰਦੇ ਵੀ ਆਟੋਮੋਟਿਵ ਸਰਵਿਸ ਟੈਕਨੀਸ਼ੀਅਨ ਜਾਂ ਫਿਰ ਹੈਵੀ ਇਕਿਉਪਮੈਂਟ ਟੈਕਨੀਸ਼ੀਅਨ, ਜਿਹਦੇ ਵਿੱਚ ਕਿ 17,200 ਲੋਕ ਇੰਪਲੋਇਡ ਆ। ਸੋ ਇਹਨਾਂ ਸਾਨੂੰ ਪਤਾ ਚੱਲਦਾ ਵੀ ਫਰੋਮ ਹਾਈ ਟੂ ਲੋ ਕਿਹੜੀ ਕਿਹੜੀ ਇੰਡਸਟਰੀ ਇਨ ਡਿਮਾਂਡ ਆ ਅਲਬਰਟਾ ਦੇ ਵਿੱਚ। ਆਪਾਂ ਸਾਰਿਆਂ ਨੇ ਗੈਸ, ਆਇਲ, ਇਹ ਸਾਰੀਆਂ ਚੀਜ਼ਾਂ ਤਾਂ ਸੁਣੀ ਹੋਣੀਆਂ ਵੀ ਇਹ ਇੰਡਸਟਰੀ ਚੱਲਦੀ, ਬਟ ਉਸ ਤੋਂ ਅਪਾਰਟ ਅਗਰ ਆਪਣਾ ਉਹਦਾ ਬੈਕਗਰਾਉਂਡ ਨਹੀਂ ਹੈਗਾ, ਉਹਦਾ ਇੰਟਰਸਟ ਨਹੀਂ ਹੈਗਾ, ਫਿਰ ਆਪਣੇ ਕਿਹੜੀ ਇੰਡਸਟਰੀ ਦੇਖਣੀ ਚਾਹੀਦੀ ਜਿਹੜੀ ਡਿਮਾਂਡ ਦੇ ਵਿੱਚ ਆ, ਵਿੱਚ ਮੀਨਸ ਕਿ ਜਿੱਥੇ ਪ੍ਰੋਮਿਸਿੰਗ ਕਰੀਅਰ ਮਿਲੇਗਾ, ਸਾਨੂੰ ਗਰੋਥ ਮਿਲੇਗੀ ਐਂਡ ਜੋਬ ਓਪਰਚੁਨਿਟੀ ਵੀ ਮਿਲੇਗੀ। ਸੋ ਬਿਫੋਰ ਵੀ ਕੰਟੀਨਿਊ ਦਿਸ ਵੀਡੀਓ, ਆਈ ਵੁਡ ਲਾਈਕ ਟੂ ਸ਼ੇਅਰ ਦੈਟ ਦਿਸ ਵੀਡੀਓ ਇਜ਼ ਸਪੌਂਸਰਡ ਬਾਈ ਸਰਟੀਫਾਈਡ ਟ੍ਰਾਂਸਲੇਸ਼ਨ ਇੰਡੀਆ। ਨਾਓ ਇਫ ਯੂ ਆਰ ਪਲੈਨਿੰਗ ਟੂ ਮੂਵ ਟੂ ਅਬਰਾਡ ਲਾਈਕ ਯੂਕੇ, ਯੂਐਸ, ਕੈਨੇਡਾ, ਕਿਤੇ ਵੀ ਇਨ ਦਾ ਵਰਲਡ ਤੁਸੀਂ ਪਲੈਨ ਕਰ ਰਹੇ ਹੋ ਬਾਹਰ ਜਾਣ ਦਾ, ਤਾਂ ਤੁਹਾਨੂੰ ਪਤਾ ਯੂ ਹੈਵ ਟੂ ਪੁੱਟ ਟੁਗੈਦਰ ਲੋਟ ਆਫ ਡਾਕੂਮੈਂਟਸ ਟੂ ਸਬਮਿਟ ਟੂ ਐਮਬੈਸੀ ਫੋਰ ਵੀਜ਼ਾ ਪ੍ਰੋਸੈਸਿੰਗ। ਇਟ ਕੁਡ ਬੀ ਫੋਰ ਸਟੱਡੀ ਵੀਜ਼ਾ, ਵਰਕ ਵੀਜ਼ਾ, ਟੂਰਿਸਟ ਵੀਜ਼ਾ ਜਾਂ ਫਿਰ ਸਪਾਊਸ ਵੀਜ਼ਾ। ਐਂਡ ਸਮਟਾਈਮਸ ਆਪਣੇ ਜਿਹੜੇ ਡਾਕੂਮੈਂਟ ਹੁੰਦੇ ਆਪਣੀ ਲੋਕਲ ਲੈਂਗੁਏਜ ਹੁੰਦੇ ਆ, ਫੋਰ ਐਗਜ਼ਾਮਪਲ ਹਿੰਦੀ 'ਚ ਹੋ ਸਕਦੇ ਆ, ਪੰਜਾਬੀ 'ਚ ਹੋ ਸਕਦੇ ਆ ਜਾਂ ਫਿਰ ਮਰਾਠੀ ਦੇ ਵਿੱਚ ਹੋ ਸਕਦੇ ਆ। ਆਪਣੇ ਜਿਹੜੇ ਡਾਕੂਮੈਂਟਸ ਆ ਆਪਣੇ ਸਾਰੇ ਸਾਰੇ ਇੰਗਲਿਸ਼ 'ਚ ਟ੍ਰਾਂਸਲੇਟ ਕਰਾਉਣੇ ਹੁੰਦੇ ਆ, ਸੋ ਵੀ ਕੈਨ ਸਬਮਿਟ ਇਟ ਟੂ ਐਮਬੈਸੀ ਐਂਡ ਆਪਣੀ ਵੀਜ਼ਾ ਪ੍ਰੋਸੈਸਿੰਗ ਸਟਾਰਟ ਹੋਏ। ਐਂਡ ਵਿਦ ਦਿਸ ਸਰਵਿਸ ਵੀ ਕੈਨ ਆਲਵੇਸ ਗੋ ਆਨਲਾਈਨ ਫਰੋਮ ਐਨੀਵੇਅਰ ਇਨ ਦਾ ਵਰਲਡ। ਆਪਾਂ ਆਨਲਾਈਨ ਜਾਈਏ ਇਹਦੀ ਵੈਬਸਾਈਟ 'ਤੇ, ਆਪ ਆਪਣੀ ਜਿਹੜੀ ਓਰੀਜਨਲ ਕਾਪੀਜ਼ ਆਪਣੇ ਲੋਕਲ ਲੈਂਗੁਏਜ ਆਪਾਂ ਉਹਨਾਂ ਨੂੰ ਸਬਮਿਟ ਕਰੀਏ, ਐਂਡ ਦੈਨ ਸਾਨੂੰ ਵਿਦਇਨ 24 to 48 hours ਜਿਹੜੇ ਸਾਡੇ ਡਾਕੂਮੈਂਟਸ ਆ ਉਹਦੀ ਸਰਟੀਫਾਈਡ ਕਾਪੀਜ਼ ਮਿਲ ਜਾਣਗੀਆਂ ਇੰਗਲਿਸ਼ ਟ੍ਰਾਂਸਲੇਟਡ ਵਰਜ਼ਨ, ਵਿਚ ਕੈਨ ਬੀ ਯੂਜ਼ ਫੋਰ ਲਾਈਕ ਵੀਜ਼ਾ ਸਰਵਿਸਿਸ। ਅਤੇ ਫੋਰ ਸਪਾਊਸ ਵੀਜ਼ਾ ਤੁਹਾਨੂੰ ਪਤਾ, ਤੁਹਾਨੂੰ ਹੋਰ ਜ਼ਿਆਦਾ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਟੂ ਪਰੂਵ ਯੋਰ ਰਿਲੇਸ਼ਨਸ਼ਿਪ। ਤੁਹਾਨੂੰ ਸਮ ਟਾਈਮ 'ਤੇ ਆਸ ਫੋਰ ਯੂਰ ਲਾਈਕ ਵਟਸਐਪ ਚੈਟ, ਯੂਰ ਟੈਕਸਟ, ਯੋਰ ਕਾਲ ਡਿਟੇਲਸ, ਬਹੁਤ ਕੁਛ ਹੈ। ਆਪਾਂ ਇੱਥੇ ਆਪਣੇ ਜਿਹੜੀ ਚੈਟਸ ਵਗੈਰਾ ਆਪਣੇ ਸਪਾਊਸ ਦੇ ਨਾਲ ਜਾਂ ਫਿਰ ਕਿਸੇ ਫੈਮਿਲੀ ਮੈਂਬਰ ਦੇ ਨਾਲ ਇਫ ਦੇ ਆਸ, ਆਪਾਂ ਉਹਨੂੰ ਇੰਗਲਿਸ਼ ਵਿੱਚ ਵੀ ਟ੍ਰਾਂਸਲੇਟ ਕਰਾ ਸਕਦੇ ਹਾਂ ਵਿਦ ਦਿਸ ਸਰਵਿਸ। ਐਂਡ ਬੈਸਟ ਪਾਰਟ ਅਬਾਊਟ ਦੀ ਸਰਵਿਸਿਸ ਇਜ਼ ਦੇਅਰ ਕੰਪੀਟੀਟਿਵ ਪ੍ਰਾਈਜ਼ ਐਂਡ ਫਾਸਟ ਡਿਲੀਵਰੀ ਮੈਥਡ, ਜਿਹੜਾ ਕਿ ਹੈਗਾ 24 to 48 hours ਫੋਰ ਇਲੈਕਟ੍ਰੋਨਿਕ ਕਾਪੀਜ਼ ਐਂਡ ਫ੍ਰੀ ਦੇ ਵਿੱਚ, ਬਾਅਦ ਵਿੱਚ ਤੁਹਾਨੂੰ ਹਾਰਡ ਕਾਪੀ ਤਾਂ ਡਿਲੀਵਰ ਹੋ ਹੀ ਜਾਏਗੀ ਤੁਹਾਡੇ ਐਡਰੈਸ 'ਤੇ। ਐਂਡ ਅਦਰ ਦੈਨ ਦੈਟ ਓਵਰਆਲ 4.9 ਰੇਟਿੰਗਸ ਔਨ ਗੂਗਲ ਰਿਵਿਊਜ਼, ਠੀਕ ਹੈ। ਸੋ ਇੱਕ ISO ਸਰਟੀਫਾਈਡ ਕੰਪਨੀ ਆ, ਵਿੱਚ ਮੀਨਸ ਕਿ ਤੁਹਾਡੀ ਜਿਹੜੀ ਕਾਪੀਜ਼ ਹੋਣਗੀਆਂ ਸਾਰੀ ਸਾਰੀ ਤੁਹਾਨੂੰ ਸਰਟੀਫਾਈਡ ਮਿਲਣਗੀਆਂ, ਸਾਰਾ ਕੁਛ ਲੀਗਲੀ ਅਸੈਪਟੇਬਲ ਹੋਏਗਾ।
ਉਸ ਤੋਂ ਬਾਅਦ ਆਏ ਜੀ ਫੂਡ ਸਰਵਿਸ ਸੁਪਰਵਾਈਜ਼ਰਸ। ਹੁਣ ਇਹ ਆਏ ਰੈਸਟੋਰੈਂਟ ਚੇਨਸ, ਜਿਵੇਂ ਕਿ ਆਪਣੇ ANW ਹੋ ਗਿਆ, ਮੈਕਡੋਨਲਡਸ ਹੋ ਗਿਆ, ਸਬਵੇ ਹੋ ਗਿਆ, ਕੋਈ ਵੀ ਹੋ ਗਿਆ, ਉਹਦੇ ਵਿੱਚ ਕਹਿੰਦੇ ਵੀ ਟਾਈਟਲਸ ਲਾਈਕ ਫੂਡ ਸਰਵਿਸ ਸੁਪਰਵਾਈਜ਼ਰ ਜਾਂ ਫਿਰ ਫੂਡ ਐਂਡ ਬੈਵਰੇਜ ਸਰਵਿਸ ਸੁਪਰਵਾਈਜ਼ਰ। ਅਤੇ ਇੱਥੇ ਇੰਪਲੋਇਮੈਂਟ ਰੇਟ ਹੈਗਾ 10,600 ਲੋਕ। ਅਤੇ ਉਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਜਾਂਦੇ, ਫਿਰ ਆਉਂਦੀ ਹੇਅਰ ਸਟਾਈਲਿਸਟ, ਫਿਰ ਆਉਂਦੀ ਆ ਕੰਟਰੈਕਟਰ ਜਿਹੜੇ ਕਿ ਆਉਂਦੇ ਆ ਕੰਸਟਰਕਸ਼ਨ ਵਾਲੀ ਇੰਡਸਟਰੀ ਵਿੱਚ, ਫਿਰ ਆਉਂਦੇ ਕੰਪਿਊਟਰ ਪ੍ਰੋਗਰਾਮਰਸ। ਸੋ ਇਹ ਸਾਰੇ ਸਾਰੇ ਸੋ ਐਂਡ ਸੋ ਅੱਗੇ ਚੱਲਦੀ ਰਹਿੰਦੀ ਹੈ ਲਿਸਟ। ਬਟ ਇਹਦੇ ਨਾਲ ਸਾਨੂੰ ਇੱਕ ਵਧੀਆ ਓਵਰ ਵੀ ਮਿਲ ਜਾਂਦਾ ਕਿ ਇਸ ਟਾਈਮ ਕਿੰਨੇ ਲੋਕ ਇੱਥੇ ਕੰਮ ਕਰ ਰਹੇ ਹਨ ਅਤੇ ਕਿੰਨੀ ਕੁ ਡਿਮਾਂਡ ਦੇ ਵਿੱਚ ਹੈ। ਅਤੇ ਉਸ ਤੋਂ ਬਾਅਦ ਹੁਣ ਆਪਾਂ ਇਹ ਸਾਰੀ ਇਨਫੋਰਮੇਸ਼ਨ ਜਾ ਕੇ ਕ੍ਰੋਸ ਚੈੱਕ ਕਰਦੇ ਹਾਂ। ਫੋਰ ਨਾਓ ਮੈਂ ਇੰਡੀਡ 'ਤੇ ਜਾਣਾ, ਜਿਹੜੇ ਕਿ ਸਾਰਿਆਂ ਨੇ ਸੁਣਿਆ ਹੋਣਾ। ਐਂਡ ਆਪਾਂ ਇੱਥੇ ਆ ਕੀ ਕਰਨਾ, ਆਪਾਂ ਲੋਕੇਸ਼ਨ ਸੈੱਟ ਕਰ ਦਿੰਦੇ ਹਾਂ, ਆਪਾਂ ਅਲਬਰਟਾ ਵਿੱਚ ਜੋਬ ਦੇਖ ਰਹੇ ਹਾਂ, ਬਟ ਆਪਾਂ ਇੱਥੇ ਭਰਨਾ ਕੁਛ ਨਹੀਂ, ਐਗਜੈਕਟ ਟਾਈਟਲ ਨਹੀਂ। ਸੋ ਆਪਾਂ ਅਲਬਰਟਾ ਸਿਲੈਕਟ ਕਰਕੇ ਸਰਚ ਕੀਤਾ। ਹੁਣ ਆਪਾਂ ਇੱਥੇ ਆ ਜਾਣਾ ਆਕੂਪੇਸ਼ਨ ਦੇ ਵਿੱਚ, ਆਕੂਪੇਸ਼ਨ ਵਾਲੇ ਫਿਲਟਰ 'ਚ ਆਉਂਦੇ ਹਾਂ। ਹੁਣ ਸਾਨੂੰ ਪਤਾ ਲੱਗੋ ਕਿਹੜੀ ਕਿਹੜੀ ਜੋਬ ਇੱਥੇ ਕਿ ਮਤਲਬ ਕਿਹੜੀ ਕਿਹੜੀ ਇੰਡਸਟਰੀ ਜਾਂ ਫਿਰ ਕਿੱਦਾਂ ਦੇ ਰੂਲਸ, ਕਿੰਨੀ ਜੋਬ ਪੋਸਟਿੰਗ ਇਸ ਟਾਈਮ ਅਵੇਲੇਬਲ ਆ। ਸੋ ਅਗਰ ਆਪਾਂ ਪਹਿਲੀ ਵਾਲੀ ਗੱਲ ਕੀਤੀ ਆ ਵੀ ਜਿਹੜੀ ਕਹਿੰਦੇ ਰਿਟੇਲ ਦੇ ਵਿੱਚ ਇੱਥੇ ਹੈਗੀ ਆਕੂਪੇਸ਼ਨ ਇਸ ਟਾਈਮ ਜੋਬਸ ਜਿਹੜੀਆਂ ਲਿਸਟਡ ਆ ਹੋਈਆਂ 8,200 ਸਮਥਿੰਗ, ਠੀਕ ਆ। ਐਂਡ ਉਸ ਤੋਂ ਬਾਅਦ ਫੂਡ ਬੈਵਰੇਜਿਸ ਜਿਹੜੀ ਆਪਾਂ ਦੇਖੀ ਸੀ, ਮਤਲਬ ਰੈਸਟੋਰੈਂਟ ਚੇਂਜ, ਉਹ 'ਚ 7,000 ਜੋਬਸ ਅਵੇਲੇਬਲ ਆ। ਫਿਰ ਕੰਸਟਰਕਸ਼ਨ 'ਚ ਹੈਗੀਆਂ 4,900। ਫਿਰ ਆਪਾਂ ਚਲੇ ਜਾਂਦੇ ਟੈਕਨੋਲੋਜੀ ਵਾਲੇ, ਜਿਹੜੀ ਆਪਾਂ IT ਦੀ ਪੋਜੀਸ਼ਨ ਦੇਖੀ ਸੀ, ਜਿਹਦੇ 'ਚ ਹੈਗੀਆਂ 1,400 ਜੋਬਸ ਅਵੇਲੇਬਲ। ਇਹ ਆਲ ਓਵਰ ਅਲਬਰਟਾ ਦੀ ਗੱਲ ਕਰ ਰਹੇ ਹੋ। ਹਾਂ, ਕੰਪੈਰੇਟਿਵਲੀ ਟੂ ਓਨਟੈਰੀਓ ਜਾਂ ਫਿਰ ਕਿਸੀ ਲਾਈਕ ਵੈਲ ਐਸਟੈਬਲਿਸ਼ਡ ਵੈਲ ਨੋਨ ਪ੍ਰੋਵਿੰਸ, ਇਹ ਥੋੜ੍ਹਾ ਜਿਹਾ ਇੱਥੇ ਤੁਹਾਨੂੰ ਜੋਬ ਮਾਰਕੀਟ ਛੋਟਾ ਦਿਖਦਾ। ਬਟ ਹਾਂ, ਅਮਲ ਆਈ ਮੀਨ ਅਗਰ ਆਪਾਂ ਗੱਲ ਕੀਤੀ ਹੈ, ਜਿਵੇਂ ਕਿ ਆਪਾਂ ਹੁਣੇ ਹਾਈ ਡਿਮਾਂਡ ਜੋਬਸ ਪੜ੍ਹੀਆਂ, ਉੱਥੇ ਰਿਟੇਲ ਵੀ ਆਈ, ਉਹਦੇ ਵਿੱਚ ਆਪਣੇ ਰੈਸਟੋਰੈਂਟ ਚੇਂਜ ਵੀ ਆਈਆਂ, ਕੰਸਟਰਕਸ਼ਨ ਵੀ ਆਈ। ਸੋ ਉਹਦੀਆਂ ਜੋਬਸ ਤਾਂ ਕਾਫੀ ਜ਼ਿਆਦਾ ਆ। ਐਂਡ ਜਸਟ ਫੋਰ ਲਾਈਕ ਕੋਈ ਕੰਪੈਰੀਜ਼ਨ, ਤੁਹਾਨੂੰ ਇੰਟੈਰੀਓ ਨਾਲ ਕੰਪੇਅਰ ਕਰਕੇ ਦੱਸ ਦਿੰਦਾ, ਅਗਰ ਤੁਸੀਂ ਇੰਟੈਰੀਓ 'ਚ ਬੈਠੇ ਤੁਸੀਂ ਉਹ ਕਿੱਦਾਂ ਚੈੱਕ ਕਰ ਸਕਦੇ ਹੋ। ਅਗੇਨ ਆਪਾਂ ਇੰਡੀਡ 'ਤੇ ਆਏ, ਆਪਾਂ ਇੰਟੈਰੀਓ ਸਿਲੈਕਟ ਕੀਤਾ, ਆਕੂਪੇਸ਼ਨ 'ਚ ਗਏ, ਰਿਟੇਲ ਜੋਬਸ ਹੈਗੀਆਂ 28,900 ਅਵੇਲੇਬਲ। ਫੂਡ ਐਂਡ ਬੈਵਰੇਜਿਸ ਯਾਨੀ ਕਿ ਰੈਸਟੋਰੈਂਟ ਚੇਂਜ 'ਚ ਅਵੇਲੇਬਲ ਹੈਗੀਆਂ ਜੋਬਸ ਇਸ ਟਾਈਮ 16,800। ਐਂਡ ਆਪਾਂ ਟੈਕਨੋਲੋਜੀ ਚਲ ਜਾਈਏ 9,000, ਕੰਸਟਰਕਸ਼ਨ ਚਲ ਜਾਈਏ 9,000। ਸੋ ਆਪਣੇ ਨੂੰ ਇੱਦਾਂ ਵਧੀਆ ਇੱਕ ਆਈਡੀਆ ਮਿਲ ਜਾਂਦਾ ਵੀ ਕਿੰਨੀਆਂ ਜੋਬਸ ਅਵੇਲੇਬਲ ਆ ਕਿਹੜੀ ਇੰਡਸਟਰੀ ਦੇ ਵਿੱਚ। ਐਂਡ ਡਿਮਾਂਡ 'ਚ ਹੈ ਕਿ ਨਹੀਂ, ਉਹ ਆਪਾਂ ਅਲਬਰਟਾ ਗਵਰਮੈਂਟ ਦੀ ਵੈਬਸਾਈਟ ਤੋਂ ਵੈਰੀਫਾਈ ਕਰਾਂਗੇ। ਐਂਡ ਉਹ ਸਾਨੂੰ ਫਾਇਦਾ ਇਹ ਦੇਵੇਗੀ, ਜਿਹੜੀ ਜੋਬ ਇਨ ਡਿਮਾਂਡ ਆ ਉਹ ਜੋਬ ਸਾਨੂੰ PR ਰਹਿਣ ਦੇ ਵਿੱਚ ਵੀ ਤੁਹਾਨੂੰ ਫਾਇਦਾ ਦੇਵੇਗੀ। ਸੋ ਇਹੀ ਸੀਗਾ ਜੀ, ਮੈਂ ਕੁਇਕਲੀ ਤੁਹਾਨੂੰ ਸ਼ੋਅ ਕਰਨਾ ਚਾਹੁੰਦਾ ਸੀ ਵੀ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਕਿਹੜਾ ਪ੍ਰੋਗਰਾਮ ਸਿਲੈਕਟ ਕਰਨਾ ਚਾਹੀਦਾ, ਕੈਨੇਡਾ ਕਿ ਅਗਰ ਤੁਸੀਂ ਪ੍ਰੋਗਰਾਮ ਆਲਰੇਡੀ ਇਨਰੋਲ ਹੋ ਚੁੱਕੇ ਹੋ ਤਾਂ ਤੁਹਾਨੂੰ ਅੱਗੇ ਕਿਹੜੀ ਜੋਬਸ ਲੈਣੀਆਂ ਚਾਹੀਦੀਆਂ, ਜਿਸ ਤੁਹਾਨੂੰ ਗਰੋਥ ਮਿਲੇ ਐਂਡ PR ਦੇ ਤੁਹਾਨੂੰ ਸਹਾਇਤਾ ਮਿਲੇ, ਕਾਰਨ ਤੁਸੀਂ ਧੱਕੇ ਨਾ ਖਾਓ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਉਹ ਕਰ ਦਿਓ ਲਾਈਕ, ਸ਼ੇਅਰ, ਸਬਸਕ੍ਰਾਈਬ ਜੇ ਤੁਹਾਡਾ ਦਿਲ ਕਰੇ। ਐਂਡ ਮਿਲਦੇ ਫਿਰ ਆਪਾਂ ਅਗਲੀ ਕਿਸੇ ਵੀਡੀਓ 'ਚ, ਐਂਡ ਤਦ ਤੱਕ ਲਈ ਚੰਗਾ।